ਮੈਡਮ ਅੱਜ ਜਿਹੜਾ ਤੁਸੀਂ ਪੈਦਲ ਦਫ਼ਤਰ ਜਾ ਰਹੇ ਹੋ ਇਹਦੇ ਪਿੱਛੇ ਵਿਸ਼ੇਸ਼ ਕੋਈ ਕਾਰਨ? ਐਕਚੁਅਲੀ ਯੂਐਨ ਰੋਡ ਸੇਫਟੀ ਵੀਕ ਜਿਹੜਾ ਹੈ ਉਹਦੇ ਵਿੱਚ ਵੈਸੇ ਵੀ ਵਾਤਾਵਰਣ ਨੂੰ ਦੇਖਦੇ ਹੋਏ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅਤੇ ਜੇ ਅਸੀਂ ਪਰਸਨਲ ਕਾਰਜ ਕਦੇ ਕਦਾਈ ਛੱਡ ਕੇ ਕਾਰ ਪੂਲਿੰਗ ਜਾਂ ਪਬਲਿਕ ਟਰਾਂਸਪੋਰਟ ਜਾਂ ਬਾਈ ਵਾਕਿੰਗ ਜਾਂ ਬਾਈ ਸਾਈਕਲਿੰਗ ਕਰੀਏ ਉਹ ਸਾਡੀ ਸਿਹਤ ਲਈ ਵੀ ਅੱਛਾ ਹੈ, ਵਾਤਾਵਰਨ ਲਈ ਵੀ ਅੱਛਾ ਹੈ। ਸੋ ਅੱਜ ਅਸੀਂ ਇਹ ਕੋਸ਼ਿਸ਼ ਕਰ ਰਹੀ ਹਾਂ। ਇਹਦੇ ਨਾਲ ਕੀ ਹੋਏਗਾ ਕਿ ਇੱਕ ਜਿੱਦਾਂ ਮੈਂ ਜਾ ਰਹੀ ਹਾਂ ਮੈਨੂੰ ਕੁਛ ਦਿੱਕਤ ਜਿਹੜੀਆਂ ਆਉਂਦੀਆਂ ਲੋਕਾਂ ਨੂੰ ਉਹ ਵੀ ਪਤਾ ਲੱਗ ਜਾਣਗੀਆਂ ਰਸਤੇ 'ਚ ਕੀ ਕਿਸ ਤਰ੍ਹਾਂ ਦੀ ਐਕਚੁਅਲੀ ਕੰਡੀਸ਼ਨ ਹੈ। ਅਤੇ ਨਾਲੇ ਜਿਹੜਾ ਕਾਰਬਨ ਫੁੱਟਪ੍ਰਿੰਟ ਹੈ ਅੱਜ ਦਾ ਹੋਪਫੁਲੀ ਘੱਟ ਹੋਵੇਗਾ, ਕਿਉਂਕਿ ਕਾਫੀ ਅਫਸਰ ਜਿਹੜੇ ਆਫਿਸ ਜਾਂਦੇ ਨੇ, ਇੰਪਲੋਈਜ਼ ਜਿਹੜੇ ਆਫਿਸ ਜਾਂਦੇ, ਜਿਹੜੇ ਨਜ਼ਦੀਕ ਰਹਿੰਦੇ ਨੇ ਉਹ ਬਾਈ ਸਾਈਕਲ ਜਾਂ ਬਾਈ ਵਾਕ ਆ ਰਹੇ ਨੇ। ਬਾਕੀਆਂ ਨੂੰ ਅਸੀਂ ਇਹ ਰਿਕੁਐਸਟ ਕੀਤੀ ਹੈ ਕਿ ਉਹ ਜਾਂ ਤਾਂ ਪਬਲਿਕ ਟਰਾਂਸਪੋਰਟ ਰਾਹੀਂ ਅੱਜ ਦੇ ਇਸ ਦਿਨ ਜਾਂ ਕਾਰ ਪੂਲਿੰਗ ਰਾਹੀਂ, ਜਿਹਦਾ ਮਤਲਬ ਹੁੰਦਾ ਹੈ ਕਿ ਇੱਕ ਜਣਾ ਆਪਣੀ ਅੱਡ ਕਾਰ ਦੇ ਵਿੱਚ ਨਾ ਆਵੇ, ਚਾਰ ਪੰਜ ਜਣੇ ਉਹਦੇ ਵਿੱਚ ਜੇ ਆ ਸਕਦੇ, ਚਾਰ ਜਣੇ ਜਿਹੜੇ ਆ ਸਕਦੇ ਐਜ਼ ਪਰ ਰੋਡ ਨੋਰਮਸ। ਤਾਂ ਇਹਦੇ ਵਿੱਚ ਇਹ ਬਹੁਤ ਹੀ ਜ਼ਰੂਰੀ ਗੱਲ ਹੈ ਕਿ ਜੇ ਸਾਡੀ ਪਬਲਿਕ ਟਰਾਂਸਪੋਰਟ, ਸਾਡੀ ਸਾਈਕਲ ਕਰਨ ਦੀ ਥਾਂ ਇਹ ਸੇਫ ਹੋਣਗੀਆਂ ਤਾਂ ਇਹ ਜ਼ਿਆਦਾ ਲੋਕ ਆਪਟ ਕਰਨਗੇ। ਸੋ ਇਸ ਨਾਲ ਸਾਨੂੰ ਵੀ ਪਤਾ ਲੱਗ ਜਾਏਗਾ ਕਿ ਕੀ ਜ਼ਰੂਰਤਾਂ ਨੇ ਜਿਹੜੀਆਂ ਕਿ ਠੀਕ ਹੋ ਸਕਦੀਆਂ, ਜਿਹਦੇ ਨਾਲ ਮੋਰ ਪੀਪਲ। ਮੈਡਮ ਅੱਜ ਜਿਹੜਾ ਤੁਸੀਂ ਪੈਦਲ ਦਫ਼ਤਰ ਜਾ ਰਹੇ ਹੋ ਇਹਦੇ ਪਿੱਛੇ ਵਿਸ਼ੇਸ਼ ਕੋਈ ਕਾਰਨ? ਐਕਚੁਅਲੀ ਯੂਐਨ ਰੋਡ ਸੇਫਟੀ ਵੀਕ ਜਿਹੜਾ ਹੈ ਉਹਦੇ ਵਿੱਚ ਵੈਸੇ ਵੀ ਵਾਤਾਵਰਣ ਨੂੰ ਦੇਖਦੇ ਹੋਏ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅਤੇ ਜੇ ਅਸੀਂ ਪਰਸਨਲ ਕਾਰਜ ਕਦੇ ਕਦਾਈ ਛੱਡ ਕੇ ਕਾਰ ਪੂਲਿੰਗ ਜਾਂ ਪਬਲਿਕ ਟਰਾਂਸਪੋਰਟ ਜਾਂ ਬਾਈ ਵਾਕਿੰਗ ਜਾਂ ਬਾਈ ਸਾਈਕਲਿੰਗ ਕਰੀਏ ਉਹ ਸਾਡੀ ਸਿਹਤ ਲਈ ਵੀ ਅੱਛਾ ਹੈ, ਵਾਤਾਵਰਣ ਲਈ ਵੀ ਅੱਛਾ ਹੈ। ਸੋ ਅੱਜ ਅਸੀਂ ਇਹ ਕੋਸ਼ਿਸ਼ ਕਰ ਰਹੀ ਹਾਂ। ਇਹਦੇ ਨਾਲ ਕੀ ਹੋਏਗਾ ਕਿ ਇੱਕ ਜਿੱਦਾਂ ਮੈਂ ਜਾ ਰਹੀ ਹਾਂ ਮੈਨੂੰ ਕੁਛ ਦਿੱਕਤ ਜਿਹੜੀਆਂ ਆਉਂਦੀਆਂ ਲੋਕਾਂ ਨੂੰ ਉਹ ਵੀ ਪਤਾ ਲੱਗ ਜਾਣਗੀਆਂ ਰਸਤੇ 'ਚ ਕੀ ਕਿਸ ਤਰ੍ਹਾਂ ਦੀ ਐਕਚੁਅਲੀ ਕੰਡੀਸ਼ਨ ਹੈ। ਅਤੇ ਨਾਲੇ ਜਿਹੜਾ ਕਾਰਬਨ ਫੁੱਟਪ੍ਰਿੰਟ ਹੈ ਅੱਜ ਦਾ ਹੋਪਫੁਲੀ ਘੱਟ ਹੋਵੇਗਾ, ਕਿਉਂਕਿ ਕਾਫੀ ਅਫਸਰ ਜਿਹੜੇ ਆਫਿਸ ਜਾਂਦੇ ਨੇ, ਇੰਪਲੋਈਜ਼ ਜਿਹੜੇ ਆਫਿਸ ਜਾਂਦੇ, ਜਿਹੜੇ ਨਜ਼ਦੀਕ ਰਹਿੰਦੇ ਨੇ ਉਹ ਬਾਈ ਸਾਈਕਲ ਜਾਂ ਬਾਈ ਵਾਕ ਆ ਰਹੇ ਨੇ। ਬਾਕੀਆਂ ਨੂੰ ਅਸੀਂ ਇਹ ਰਿਕੁਐਸਟ ਕੀਤੀ ਹੈ ਕਿ ਉਹ ਜਾਂ ਤਾਂ ਪਬਲਿਕ ਟਰਾਂਸਪੋਰਟ ਰਾਹੀਂ ਅੱਜ ਦੇ ਇਸ ਦਿਨ ਜਾਂ ਕਾਰ ਪੂਲਿੰਗ ਰਾਹੀਂ, ਜਿਹਦਾ ਮਤਲਬ ਹੁੰਦਾ ਹੈ ਕਿ ਇੱਕ ਜਣਾ ਆਪਣੀ ਅੱਡ ਕਾਰ ਦੇ ਵਿੱਚ ਨਾ ਆਵੇ, ਚਾਰ ਪੰਜ ਜਣੇ ਉਹਦੇ ਵਿੱਚ ਜੇ ਆ ਸਕਦੇ, ਚਾਰ ਜਣੇ ਜਿਹੜੇ ਆ ਸਕਦੇ ਐਜ਼ ਪਰ ਰੋਡ ਨੋਰਮਸ। ਤਾਂ ਇਹਦੇ ਵਿੱਚ ਇਹ ਬਹੁਤ ਹੀ ਜ਼ਰੂਰੀ ਗੱਲ ਹੈ ਕਿ ਜੇ ਸਾਡੀ ਪਬਲਿਕ ਟਰਾਂਸਪੋਰਟ, ਸਾਡੀ ਸਾਈਕਲ ਕਰਨ ਦੀ ਥਾਂ ਇਹ ਸੇਫ ਹੋਣਗੀਆਂ ਤਾਂ ਇਹ ਜ਼ਿਆਦਾ ਲੋਕ ਆਪਟ ਕਰਨਗੇ। ਸੋ ਇਸ ਨਾਲ ਸਾਨੂੰ ਵੀ ਪਤਾ ਲੱਗ ਜਾਏਗਾ ਕਿ ਕੀ ਜ਼ਰੂਰਤਾਂ ਨੇ ਜਿਹੜੀਆਂ ਕਿ ਠੀਕ ਹੋ ਸਕਦੀਆਂ, ਜਿਹਦੇ ਨਾਲ ਮੋਰ ਪੀਪਲ। ਮੈਡਮ ਅੱਜ ਜਿਹੜਾ ਤੁਸੀਂ ਪੈਦਲ ਦਫ਼ਤਰ ਜਾ ਰਹੇ ਹੋ ਇਹਦੇ ਪਿੱਛੇ ਵਿਸ਼ੇਸ਼ ਕੋਈ ਕਾਰਨ? ਐਕਚੁਅਲੀ ਯੂਐਨ ਰੋਡ ਸੇਫਟੀ ਵੀਕ ਜਿਹੜਾ ਹੈ ਉਹਦੇ ਵਿੱਚ ਵੈਸੇ ਵੀ ਵਾਤਾਵਰਣ ਨੂੰ ਦੇਖਦੇ ਹੋਏ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅਤੇ ਜੇ ਅਸੀਂ ਪਰਸਨਲ ਕਾਰਜ ਕਦੇ ਕਦਾਈ ਛੱਡ ਕੇ ਕਾਰ ਪੂਲਿੰਗ ਜਾਂ ਪਬਲਿਕ ਟਰਾਂਸਪੋਰਟ ਜਾਂ ਬਾਈ ਵਾਕਿੰਗ ਜਾਂ ਬਾਈ ਸਾਈਕਲਿੰਗ ਕਰੀਏ ਉਹ ਸਾਡੀ ਸਿਹਤ ਲਈ ਵੀ ਅੱਛਾ ਹੈ, ਵਾਤਾਵਰਨ ਲਈ ਵੀ ਅੱਛਾ ਹੈ। ਸੋ ਅੱਜ ਅਸੀਂ ਇਹ ਕੋਸ਼ਿਸ਼ ਕਰ ਰਹੀ ਹਾਂ। ਇਹਦੇ ਨਾਲ ਕੀ ਹੋਏਗਾ ਕਿ ਇੱਕ ਜਿੱਦਾਂ ਮੈਂ ਜਾ ਰਹੀ ਹਾਂ ਮੈਨੂੰ ਕੁਛ ਦਿੱਕਤ ਜਿਹੜੀਆਂ ਆਉਂਦੀਆਂ ਲੋਕਾਂ ਨੂੰ ਉਹ ਵੀ ਪਤਾ ਲੱਗ ਜਾਣਗੀਆਂ ਰਸਤੇ 'ਚ ਕੀ ਕਿਸ ਤਰ੍ਹਾਂ ਦੀ ਐਕਚੁਅਲੀ ਕੰਡੀਸ਼ਨ ਹੈ। ਅਤੇ ਨਾਲੇ ਜਿਹੜਾ ਕਾਰਬਨ ਫੁੱਟਪ੍ਰਿੰਟ ਹੈ ਅੱਜ ਦਾ ਹੋਪਫੁਲੀ ਘੱਟ ਹੋਵੇਗਾ, ਕਿਉਂਕਿ ਕਾਫੀ ਅਫਸਰ ਜਿਹੜੇ ਆਫਿਸ ਜਾਂਦੇ ਨੇ, ਇੰਪਲੋਈਜ਼ ਜਿਹੜੇ ਆਫਿਸ ਜਾਂਦੇ, ਜਿਹੜੇ ਨਜ਼ਦੀਕ ਰਹਿੰਦੇ ਨੇ ਉਹ ਬਾਈ ਸਾਈਕਲ ਜਾਂ ਬਾਈ ਵਾਕ ਆ ਰਹੇ ਨੇ। ਬਾਕੀਆਂ ਨੂੰ ਅਸੀਂ ਇਹ ਰਿਕੁਐਸਟ ਕੀਤੀ ਹੈ ਕਿ ਉਹ ਜਾਂ ਤਾਂ ਪਬਲਿਕ ਟਰਾਂਸਪੋਰਟ ਰਾਹੀਂ ਅੱਜ ਦੇ ਇਸ ਦਿਨ ਜਾਂ ਕਾਰ ਪੂਲਿੰਗ ਰਾਹੀਂ, ਜਿਹਦਾ ਮਤਲਬ ਹੁੰਦਾ ਹੈ ਕਿ ਇੱਕ ਜਣਾ ਆਪਣੀ ਅੱਡ ਕਾਰ ਦੇ ਵਿੱਚ ਨਾ ਆਵੇ, ਚਾਰ ਪੰਜ ਜਣੇ ਉਹਦੇ ਵਿੱਚ ਜੇ ਆ ਸਕਦੇ, ਚਾਰ ਜਣੇ ਜਿਹੜੇ ਆ ਸਕਦੇ ਐਜ਼ ਪਰ ਰੋਡ ਨੋਰਮਸ। ਤਾਂ ਇਹਦੇ ਵਿੱਚ ਇਹ ਬਹੁਤ ਹੀ ਜ਼ਰੂਰੀ ਗੱਲ ਹੈ ਕਿ ਜੇ ਸਾਡੀ ਪਬਲਿਕ ਟਰਾਂਸਪੋਰਟ, ਸਾਡੀ ਸਾਈਕਲ ਕਰਨ ਦੀ ਥਾਂ ਇਹ ਸੇਫ ਹੋਣਗੀਆਂ ਤਾਂ ਇਹ ਜ਼ਿਆਦਾ ਲੋਕ ਆਪਟ ਕਰਨਗੇ। ਸੋ ਇਸ ਨਾਲ ਸਾਨੂੰ ਵੀ ਪਤਾ ਲੱਗ ਜਾਏਗਾ ਕਿ ਕੀ ਜ਼ਰੂਰਤਾਂ ਨੇ ਜਿਹੜੀਆਂ ਕਿ ਠੀਕ ਹੋ ਸਕਦੀਆਂ, ਜਿਹਦੇ ਨਾਲ ਮੋਰ ਪੀਪਲ।